हाय फ्रेंड्स वेलकम कर दिया ਤੁਹਾਡਾ ਸਾਰਾ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਮੀਤ ਅਕੈਡਮੀ ਦੇ ਉੱਤੇ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਇੱਕ ਡਿਪਾਰਟਮੈਂਟ ਦੇ ਵਿੱਚ ਲੇਟੈਸਟ ਵੈਕੈਂਸੀਜ਼ ਉਹ ਰਿਲੀਜ਼ ਕਰ ਦਿੱਤੀ ਗਈ ਹੈ ਕਿਵੇਂ ਤੁਸੀਂ ਇਹ ਵੈਕੈਂਸੀਜ਼ ਦੇ ਲਈ ਅਪਲਾਈ ਕਰਨਾ ਹੈ ਕਿਆ ਕਿਆ ਐਲੀਜੀਬਿਲਟੀ ਰਹਿਣ ਵਾਲੀ ਹੈ ਕਦ ਤੋਂ ਕਦ ਤੱਕ ਅਪਲਾਈ ਕਰ ਸਕਦੇ ਹਾਂ ਸਾਰਾ ਮੈਂ ਤੁਹਾਨੂੰ ਬਰੀਫ ਦੇ ਵਿੱਚ ਦੱਸਾਂਗੀ ਇੰਪੋਰਟੈਂਟ ਗੱਲ ਇਹ ਹੈ ਕਿ ਇਹਦੇ ਵਿੱਚ 10th ਪਾਸ ਲਈ ਵੈਕੈਂਸੀਜ਼ ਵੀ ਆਈਆਂ ਹੋਈਆਂ 12th ਪਾਸ ਲਈ ਵੀ ਇਵਨ ਗ੍ਰੈਜੂਏਸ਼ਨ ਵਾਲਿਆਂ ਦੇ ਲਈ ਵੀ ਵੈਕੈਂਸੀਜ਼ ਵੀ ਆਈਆਂ ਹੋਈਆਂ ਆ ਇਸ ਤੋਂ ਇਲਾਵਾ ਅਦਰ ਕੈਂਡੀਡੇਟ ਵਾਸਤੇ ਵੈਕੈਂਸੀਜ਼ ਵੀ ਆਈਆਂ ਹੋਈਆਂ ਆ। ਸੋ ਕਿਵੇਂ ਅਪਲਾਈ ਕਰਨਾ ਕੀ ਹੈ, ਏਲੀਜੀਬਿਲਟੀ ਰਹਿਣ ਵਾਲੀ ਆ, ਕਿਹੜੀ-ਕਿਹੜੀ ਵੈਕੈਂਸੀਜ਼ ਆ ਜਿਹੜੀਆਂ ਤੁਸੀਂ ਦੇਖ ਸਕਦੇ ਆ ਇਸ ਤੋਂ ਇਲਾਵਾ ਵੀ ਵੈਕੈਂਸੀ ਜਿਹੜੀਆਂ ਆਊਟ ਕੀਤੀਆਂ ਗਈਆਂ ਸਾਰਾ ਮੈਂ ਤੁਹਾਨੂੰ ਉਹਦੇ ਵਿੱਚ ਚੀਜ਼ ਦੱਸਾਂਗੀ। ਵੀਡੀਓ ਨੂੰ ਪੂਰਾ ਤੁਸੀਂ ਜ਼ਰੂਰ ਦੇਖਣਾ ਆ। ਇਸੇ ਤਰ੍ਹਾਂ ਚਾਹਦੇ ਹੋ ਪੰਜਾਬ ਸਟੇਟ ਦੀ ਹਰ ਇੱਕ ਭਰਤੀ ਦੀ ਇਨਫੋਰਮੇਸ਼ਨ ਚਾਹੀਏ ਉਹ ਕੰਟਰੈਕਟ ਬੇਸਿਸ ਹੋਵੇ, ਰੈਗੂਲਰ ਵੈਕੈਂਸੀਜ਼ ਹੋਣ ਪ੍ਰਾਈਵੇਟ ਹੋਵੇ, ਗਵਰਨਮੈਂਟ ਹੋਵੇ। ਉਹਦੀ ਇਨਫੋਰਮੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਵੇ। ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਇਹਦੇ ਨਾਲ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਟਾਈਮ ਤੇ ਮਿਲ ਜਾਈਗਾ ਜਦ ਵੀ ਮੈਂ ਤੁਹਾਡੇ ਵਾਸਤੇ ਕੋਈ ਨਵੀਂ ਇਨਫੋਰਮੇਸ਼ਨ ਲੈ ਕੇ ਆਵਾਂਗੀ ਦੱਸਣਾ ਚਾਹਾਂਗੀ ਪੰਜਾਬ ਦੇ ਵਿੱਚ ਇਸ ਰਿਕਰੂਟਮੈਂਟ ਤੋਂ ਇਲਾਵਾ ਲਗਭਗ 3 ਤੋਂ 4 ਨਵੇਂ ਨੋਟੀਫਿਕੇਸ਼ਨ ਆਊਟ ਕੀਤੇ ਜਾ ਚੁੱਕੇ ਆ ਜਿਦੇ ਵਿੱਚ ਉਹ ਪੰਜਾਬ ਦੇ ਦੋ ਤਾਂ ਅਲੱਗ-ਅਲੱਗ ਕੋਰਟ ਦੀ ਨੋਟੀਫਿਕੇਸ਼ਨ ਆ ਚੁੱਕੇ ਆ ਇੱਕ ਹੁਣੇ-ਹੁਣੇ ਆਇਆ ਆ ਇੱਕ ਕਲਰਕ ਦੀ ਵੈਕੈਂਸੀਜ਼ ਆਇਆ ਇੱਕ ਸਟੈਨੋਗ੍ਰਾਫਰ ਦੀ ਵੈਕੈਂਸੀਜ਼ ਦਾ ਅਲੱਗ ਤੋਂ ਨੋਟੀਫਿਕੇਸ਼ਨ ਆਊਟ ਕੀਤਾ ਜਾ ਚੁੱਕਿਆ ਆ ਉਹ ਮੈਂ ਆਪਣੀ ਆਫੀਸ਼ੀਅਲ ਵੈਬਸਾਈਟ www.clory.com ਤੇ ਅਪਡੇਟ ਕਰਕੇ ਆ ਰਹੀ ਆ ਜਿੱਦਾਂ ਤੁਸੀਂ ਸਾਡੀ ਵੈਬਸਾਈਟ ਤੇ ਜਾਉਂਗੇ ਉੱਥੇ ਜਾ ਕੇ ਤੁਹਾਨੂੰ ਸੈਂਟਰਲ ਗਵਰਨਮੈਂਟ ਦੇ ਵੈਕੈਂਸੀਜ਼ ਵੀ ਦੇਖਣ ਨੂੰ ਮਿਲ ਜੂਗੀਆਂ ਪੰਜਾਬ ਦੀਆਂ ਵੀ ਦੇਖਣ ਨੂੰ ਮਿਲ ਜੂਗੀਆਂ ਇਵਨ ਮੈਨੂ ਦੇ ਵਿੱਚ ਤੁਸੀਂ ਦੇਖੋਗੇ ਨ ਗਵਰਨਮੈਂਟ ਜੌਬਸ ਦੇ ਨਾਮ ਤੋਂ ਅਲੱਗ ਤੋਂ ਇੱਕ ਕਾਲਮ ਬਣਾ ਦਿੱਤਾ ਗਿਆ ਹੈ ਉੱਥੇ ਪੰਜਾਬ ਦੇ ਵਿੱਚ ਹੀ ਰੀਸੈਂਟਲੀ ਜਿੰਨੀਆਂ ਵੀ ਵੈਕੈਂਸੀਜ਼ ਆਈਆਂ ਹੋਈਆਂ ਸਾਰੇ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਅਪਲਾਈ ਵੀ ਕਰ ਸਕਦੇ ਆ ਹੁਣ ਇਹ ਜਿਹੜੀ ਵੈਕੈਂਸੀਜ਼ ਦੀ ਆਪਾਂ ਗੱਲ ਕਰਦੇ ਪਏ ਆਂ ਇਦੀ ਲਾਸਟ ਡੇ ਜਿਹੜੀ ਅਪਲਾਈ ਕਰਨ ਦੀ ਹੈ 30 ਸਤੰਬਰ 2021 ਹੈ ਔਰ ਇਹ ਬਿਲਕੁਲ ਡਾਇਰੈਕਟ ਰਿਕਰੂਟਮੈਂਟ ਆਈ ਹੋਈ ਹੈ ਤਾਂ ਮੈਂ ਤੁਹਾਨੂੰ ਪਹਿਲਾਂ ਨੋਟੀਫਿਕੇਸ਼ਨ ਤੇ ਲੈ ਕੇ ਚੱਲਦੀ ਆ ਉੱਥੇ ਜਾ ਕੇ ਆਪਾਂ ਗੱਲ ਕਰਦੇ ਕਿਵੇਂ ਅਪਲਾਈ ਕਰਨਾ ਹੈ ਕੀ ਕੀ ਐਲੀਜੀਬਿਲਟੀ ਰੈਨ ਨਲੀ ਹੈ ਤੇ ਜੇ ਤੁਸੀਂ ਪੰਜਾਬ ਦੇ ਕਿਸੇ ਵੀ ਗਵਰਨਮੈਂਟ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਦੇ ਪਏ ਹੋ ਉਹਦੇ ਵਾਸਤੇ ਬੈਸਟ ਸਟਡੀ ਮਟੀਰੀਅਲ ਪੀਡੀਐਫ ਫਾਰਮੈਟ ਦੇ ਵਿੱਚ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਤੁਹਾਨੂੰ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਆ ਉਹਦਾ ਬੈਨੀਫਿਟ ਇਹ ਹੈ ਕਿ ਤੁਸੀਂ ਕਿਤੇ ਵੀ ਜਾ ਰਹੇ ਹੋ ਤੁਹਾਡੀ ਸਟੱਡੀ ਤੇ ਕੋਈ ਇਫੈਕਟ ਨਹੀਂ ਪਏਗਾ ਤੁਸੀਂ ਆਪਣੇ ਫੋਨ ਦੇ ਵਿੱਚ ਉਹਨਾਂ ਨੂੰ ਰੱਖ ਸਕਦੇ ਆ ਔਰ ਆਪਣੀ ਤਿਆਰੀ ਜਿਹੜੀ ਆ ਉਹ ਕੰਟੀਨਿਊ ਰੱਖ ਸਕਦੇ ਆ ਹੁਣ ਮੈਂ ਤੁਹਾਨੂੰ ਲੈ ਚੱਲਦੀ ਆ ਨੋਟੀਫਿਕੇਸ਼ਨ ਦੇ ਉੱਤੇ ਤੁਸੀਂ ਦੇਖ ਸਕਦੇ ਆ ਅਸੀਂ ਆ ਚੁੱਕੇ ਆ ਨੋਟੀਫਿਕੇਸ਼ਨ ਦੇ ਉੱਤੇ ਇਹਦੇ ਵਿੱਚ ਜਿਹੜੀਆਂ ਵੈਕੈਂਸੀਜ਼ ਐ 6 ਤੋਂ 7 ਟਾਈਪ ਦੀਆਂ ਆਊਟ ਕੀਤੀਆਂ ਗਈਆਂ ਆ ਸਾਰਿਆਂ ਦਾ ਇੱਕ ਇੱਕ ਕਰਕੇ ਮੈਂ ਤੁਹਾਨੂੰ ਦੱਸਾਂਗੀ ਇਹਦੇ ਵਿੱਚ ਕੀ ਕੀ एलिजिਬਿਲਟੀ ਕਿਹੜੀ ਪੋਸਟ ਲਈ ਹੈ ਔਰ ਨੰਬਰ ਆਫ ਵੈਕੈਂਸੀਜ਼ ਕਿੰਨੇ ਆ ਤੇ ਇਹਨਾਂ ਨੇ ਇੱਥੇ ਮੈਂਸ਼ਨ ਕੀਤਾ ਹੋਇਆ ਹੈ ਕਿ ਜਿਹੜੀ ਇਹ ਵੈਕੈਂਸੀਜ਼ ਆ ਇਹਦੇ ਵਾਸਤੇ ਤੁਹਾਡੀ ਉਮਰ ਵੱਧ ਤੋਂ ਵੱਧ 55 ਹੋਵੇ ਮਤਲਬ ਜਿਹੜੀ 55 ਸਾਲ ਤੋਂ ਜ਼ਿਆਦਾ ਵਾਲੇ ਅਪਲਾਈ ਨਹੀਂ ਕਰ ਸਕਦੇ ਘੱਟੋ ਘੱਟ 18 ਵੱਧ ਤੋਂ ਵੱਧ 55 ਹੋਵੇ ਉਹ ਅਪਲਾਈ ਕਰ ਸਕਦੇ ਆ 18 ਤੋਂ 55 ਦੇ ਵਿੱਚ ਵੀ ਤੁਹਾਡੀ ਉਮਰ ਹੈਗੀ ਤੁਸੀਂ एलिजिਬਲ ਹੈ ਅਪਲਾਈ ਕਰ ਸਕਦੇ ਆ ਪਹਿਲਾਂ ਇਹ ਜਿਹੜੀ ਤੁਹਾਡੀ ਵੈਕੈਂਸੀਜ਼ ਆ 6 ਟਾਈਪ ਦੀਆਂ ਆ ਜਿੱਦਾਂ ਮੈਂ ਤੁਹਾਨੂੰ ਸਟਾਰਟਿੰਗ 'ਚ ਦੱਸਿਆ ਹਰ ਇੱਕ ਕੁਆਲਿਫਿਕੇਸ਼ਨ ਦੇ ਹਿਸਾਬ ਦੇ ਨਾਲ ਔਰ ਇਹਨਾਂ ਨੇ ਇਹਦੇ ਵਿੱਚ ਮੈਂਸ਼ਨ ਇਹ ਵੀ ਕੀਤਾ ਹੋਇਆ ਹੈ ਜਿਹਦਾ ਮੈਂ ਤੁਹਾਨੂੰ ਦੱਸਿਆ ਕਿ ਲਾਸਟ 30 ਸਤੰਬਰ ਹੈ ਦੀ ਇਹਨਾਂ ਨੇ ਇਹਦੀ ਮੈਂਸ਼ਨ ਕੀਤਾ ਕਿ ਉਸ ਤੋਂ ਬਾਅਦ ਜੀ ਇਹਨਾਂ ਨੂੰ ਐਪਲੀਕੇਸ਼ਨ ਰੀਸੀਵ ਹੁੰਦੇ ਆ ਆ ਉਹ ਅਕਸੈਪਟ ਨਹੀਂ ਕੀਤੇ ਜਾਣਗੀਆਂ ਉਸ ਤੋਂ ਬਾਅਦ ਇਹਨਾਂ ਨੇ ਦੋ ਆਪਣੇ ਹੈਲਪਲਾਈਨ ਨੰਬਰ ਵੀ ਜਾਰੀ ਕਰ ਦਿੱਤੇ ਗਏ ਤੁਸੀਂ ਦੇਖ ਸਕਦੇ ਆ ਟੋਲ ਫਰੀ ਨੰਬਰ ਵੀ ਹੈਗਾ ਇੱਕ ਮੋਬਾਈਲ ਨੰਬਰ ਵੀ ਹੈ ਤੁਸੀਂ ਇੱਥੇ ਜਿਹੜਾ ਇਹਨਾਂ ਨੂੰ ਕਾਲ ਕਰ ਸਕਦੇ ਆ ਜੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਜਿਹੜੀ ਤੁਸੀਂ ਲੈਣੀ ਹੈ ਇਹਦੇ ਵਿੱਚ ਕੁਝ ਐਧਾ ਦੀਆਂ ਵੈਕੈਂਸੀਜ਼ ਵੀ ਆ ਜਿਹਦੇ ਵਿੱਚ ਐਕ ਸਰਵਿਸਮੈਨ ਦੀ ਰਿਕੁਆਇਰਮੈਂਟ ਆ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਸਭ ਤੋਂ ਪਹਿਲਾਂ ਆਪਾਂ ਗੱਲ ਪੋਸਟ ਦੀ ਪਹਿਲੀ ਜਿਹੜੀ ਪੋਸਟ ਆਊਟ ਕੀਤੀ ਗਈ ਹੈ ਬਿਲਿੰਗ ਕਲਰਕ ਦੀ ਹੈ ਨੰਬਰ অফ ਵੈਕੈਂਸੀਸ ਦੀ ਆਪਾਂ ਗੱਲ ਕਰੀਏ 10 ਵੈਕੈਂਸੀਸ ਹੈ ਸੈਲਰੀ ਇਹਨਾਂ ਨੇ ਡਿਸਕ੍ਰਾਈਬ ਨਹੀਂ ਕੀਤੀ ਹੈ ਐਸ ਪਰ ਨੋਰਮਸ ਹੈ ਇਹ ਸੈਲਰੀ ਤੁਹਾਡੀ ਰਹੇਗੀ ਇਹਦੇ ਵਿੱਚ ਜਿਹੜੀ 10th ਪਾਸ ਕੈਂਡੀਡੇਟ ਐਲੀਜੀਬਲ ਹੈ ਅਪਲਾਈ ਕਰ ਸਕਦੇ ਆ ਜਿਨ੍ਹਾਂ ਦੇ ਵਿੱਚ ਕੈਪੇਬਿਲਿਟੀ ਹੈਗੀ ਆ ਬਿਲਿੰਗ ਦੇ ਵਰਕ ਦੀ ਕੰਪਿਊਟਰ ਦੇ ਉੱਤੇ ਤਾਂ ਉਹ ਅਪਲਾਈ ਕਰ ਸਕਦੇ ਆ ਉਸ ਤੋਂ ਬਾਅਦ ਅਗਲੀ ਪੋਸਟ ਜੇ ਆਪਾਂ ਗੱਲ ਕਰੀਏ ਉਹ ਯੂਡੀਸੀ ਦੀ ਆਊਟ ਕੀਤੀ ਗਈ ਹੈ ਮੀਨਸ ਅਪਰ ਡਿਵੀਜ਼ਨ ਕਲਰਕ ਦੀ ਵੈਕੈਂਸੀਸ ਆਊਟ ਕੀਤੀ ਗਈ ਹੈ ਇਹਦੇ ਵਿੱਚ ਨੰਬਰ ਆਫ ਵੈਕੈਂਸੀਸ ਦੀ ਗੱਲ ਕਰੀਏ ਇੱਕ ਪੋਸਟ ਆਊਟ ਕੀਤੀ ਗਈ ਹੈ ਜਿਨ੍ਹਾਂ ਨੂੰ ਜਿਹੜਾ ਕੰਪਿਊਟਰ ਹੈਂਡਲਿੰਗ ਦਾ ਜਿਹੜੇ ਕੈਪੇਬਿਲਿਟੀ ਜਿਨ੍ਹਾਂ 'ਚ ਹੈਗੀ ਆ ਉਹ ਕੈਂਡੀਡੇਟ ਇਹਦੇ ਵਾਸਤੇ एलिजिਬਲ ਹੈ ਤੇ ਅਪਲਾਈ ਕਰ ਸਕਦੇ ਆ ਔਰ ਇਹ ਜਿਹੜੀ ਇਹਨਾਂ ਦੀ ਵੈਕੈਂਸੀਜ਼ ਹੈ ਪਹਿਲਾਂ ਤੁਹਾਡੀ ਜਿਹੜੀ ਹੈ ਕੰਟਰੈਕਟ ਬੇਸਿਸ ਰਹਿਣਗੀਆ ਜਿਹੜਾ ਕਿ ਤੁਹਾਡਾ 350 ਡੇਜ਼ ਦਾ ਰਹੇਗਾ ਉਸ ਤੋਂ ਬਾਅਦ ਤੁਹਾਡਾ ਐਕਸਟੈਂਡ ਹੋ ਸਕਦਾ ਹੈ ਉਹ ਡਿਪੈਂਡ ਕਰਦਾ ਉਹਨਾਂ ਦੀ ਰਿਕੁਆਇਰਮੈਂਟ ਦੇ ਉੱਤੇ ਤੇ ਤੁਹਾਡੀ ਜਿਹੜੀ ਪਰਫਾਰਮੈਂਸ ਹੈ ਉਹਦੇ ਉੱਪਰ ਡਿਪੈਂਡ ਕਰਦਾ ਹੈ ਬਟ ਪਹਿਲਾਂ ਜਿਹੜੇ ਸਟਾਰਟਿੰਗ ਚ ਵਿੱਚ ਹੈ ਤੁਹਾਡੀ ਕੰਟਰੈਕਟ ਬੇਸਿਸ ਰਹੇਗੀ 350 ਦਿਨ ਵਾਸਤੇ ਠੀਕ ਹੈ ਉਸ ਤੋਂ ਬਾਅਦ ਅਗਲੀ ਪੋਸਟ ਦੀ ਗੱਲ ਕਰੀਏ ਅਸਿਸਟੈਂਟ ਅਕਾਊਂਟੈਂਟ ਦੀ ਵੈਕੈਂਸੀਜ਼ ਹੈ ਇਹਦੇ ਵਿੱਚ ਇੱਕ ਪੋਸਟ ਆਊਟ ਕੀਤੀ ਗਈ ਹੈ ਇਹਦੇ ਵਿੱਚ ਇਹਨਾਂ ਨੇ ਇੱਥੇ ਮੈਂਸ਼ਨ ਕੀਤਾ ਹੈ ਕਿ ਰਿਟਾਇ ਫੋਰਸ ਡਿਪੈਂਡੈਂਟ ਹੋਣ ਜਿਹੜੇ ਐਕ ਸਰਵਿਸਮੈਨ ਉਹ ਅਪਲਾਈ ਕਰ ਸਕਦੇ ਆ ਤੇ ਉਹਨਾਂ ਨੂੰ ਨਾਲ ਜਿਹੜੀ ਹੈ ਅਕਾਊਂਟਸ ਦੀ ਨੌਲੇਜ ਵੀ ਇਹਦੇ ਵਿੱਚ ਮਸਟ ਹੈ ਉਸ ਤੋਂ ਬਾਅਦ ਅਗਲੀ ਪੋਸਟ ਦੀ ਆਪਾਂ ਗੱਲ ਕਰੀਏ ਅਕਾਊਂਟੈਂਟ ਦੀ ਹੈ ਇਹਦੇ ਵਿੱਚ 10th ਜਾਂ 12th ਵਾਲੇ ਅਪਲਾਈ ਕਰ ਸਕਦੇ ਆ ਤੇ ਨਾਲ ਇਹਨਾਂ ਨੇ ਮੈਂਸ਼ਨ ਇਹ ਵੀ ਕੀਤਾ ਹੈ ਕਿ ਇਹਦੇ ਵਾਸਤੇ ਰਿਟਾਇਰਡ ਕੈਂਡੀਡੇਟ ਐਲੀਜੀਬਲ ਨੇ ਸੇਮ ਐਲੀਜੀਬਿਲਿਟੀ ਹੈ ਜਿਹੜੀ ਕਿ ਅਸਿਸਟੈਂਟ ਅਕਾਊਂਟੈਂਟ ਦੇ ਲਈ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ ਅਗਲੀ ਪੋਸਟ ਦੀ ਗੱਲ ਕਰੀਏ ਅਸਿਸਟੈਂਟ ਮੈਨੇਜਰ ਦੀ ਹੈ ਇੱਕ ਪੋਸਟ ਹੈ ਔਰ ਮੈਨੇਜਰ ਦੀ ਇੱਕ ਪੋਸਟ ਹੈ ਮਤਲਬ ਇਹ ਦੋ ਪੋਸਟਾਂ ਅਲੱਗ ਤੋਂ ਵੀ ਆਊਟ ਕੀਤੀਆਂ ਗਈਆਂ ਆ ਇਹਦੇ ਵਿੱਚ ਵੀ 10th ਔਰ 12th ਵਾਲੇ एलिजिਬਲ ਐ ਪਰ ਇਹਦੇ ਨਾਲ ਵੀ ਇਹਨਾਂ ਨੇ ਰਿਟਾਇਰ ਕੈਂਡੀਡੇਟ ਮੈਂਸ਼ਨ ਕੀਤੇ ਆ ਜਿਹੜੇ ਕਿ ਰਿਟਾਇਰਡ ਜੀਸੀਓ ਹੋਣ ਆਰਮ ਫੋਰਸ ਦੇ ਉੱਤੋਂ ਤਾਂ ਤੁਸੀਂ ਅਪਲਾਈ ਕਰ ਸਕਦੇ ਆ ਉਹ ਇਹ ਜਿਹੜੀਆਂ ਵੈਕੈਂਸੀਜ਼ ਆ ਇੱਥੇ ਇਹਨਾਂ ਨੇ ਜਿਹੜੀਆਂ ਆਊਟ ਕੀਤੀਆਂ ਗਈਆਂ ਐ ਐਕਸ ਸਰਵਿਸਮੈਨ ਕੈਂਟੀਨ ਹੁਸ਼ਿਆਰਪੁਰ ਰੋਡ ਹੁਸ਼ਿਆਰਪੁਰ ਦੇ ਵੱਲੋਂ ਇਹ ਆਊਟ ਕੀਤੇ ਗਏ ਆ ਔਰ ਇਹਦੇ ਵਿੱਚ ਇਹਨਾਂ ਨੇ ਦੱਸਿਆ ਹੋਇਆ ਹੈ ਕਿ ਤੁਸੀਂ ਆਪਣਾ ਉਹ ਲੈ ਕੇ ਇਹਨਾਂ ਦੇ গিਵਨ ਐਡਰੈਸ ਤੇ ਤੁਸੀਂ ਜਿਹੜਾ ਹੈ ਸੈਂਡ ਕਰ ਦੇਣਾ ਹੈ ਔਰ ਇਹਦੇ ਵਿੱਚ ਤੁਹਾਡੀ ਜਿਹੜੀ ਹੈ ਰਿਟਰਨ एग्जाम ਤੇ ਇੰਟਰਵਿਊ ਹੋਣ ਵਾਲਾ ਹੈ ਤੇ ਉਹਦੇ ਵਿੱਚ ਵਾਸਤੇ ਤੁਹਾਨੂੰ ਜਿਹੜਾ ਇਨਫੋਰਮ ਕੀਤਾ ਜਾਏਗਾ ਜਦ ਵੀ ਹੋਏਗਾ ਬਾਕੀ 30 ਸਤੰਬਰ ਤੱਕ ਤੁਸੀਂ ਸਾਰੀ ਆਪਣੀ ਐਪਲੀਕੇਸ਼ਨ ਜਿਹੜੀਆਂ ਉਹਦੇ ਵਿੱਚ ਸੈਂਡ ਕਰ ਦੇਣੀਆਂ ਆ ਜੇ ਤੁਹਾਡੇ ਨੌਨ ਦੇ ਵਿੱਚ ਕੋਈ ਐਲੀਜੀਬਲ ਹੈ ਉਹਨਾਂ ਦੇ ਨਾਲ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਹੁਣ ਆਪਾਂ ਮਿਲਾਂਗੇ ਨੈਕਸਟ ਵੀਡੀਓ ਵਿੱਚ ਨਵੀਂ ਇਨਫੋਰਮੇਸ਼ਨ ਨਾਲ ਥੈਂਕਸ ਫॉर ਵਾਚਿੰਗ